ਏਜੰਟ ਰਾਹੀਂ ਆਪਾਂ ਪੇਪਰ ਤੇ ਭੇਜੇ ਸੀ ਕੰਪਨੀ ਨੂੰ, ਕੰਪਨੀ ਦੀ ਬਕਾਇਦਾ ਤੁਹਾਨੂੰ ਵਟਸਐਪ ਕੋਲ ਆਊਗੀ ਵੀਡੀਓ, ਉਹ ਚ ਇੰਟਰਵਿਊ ਹੋਊਗੀ ਤੁਹਾਡੀ, ਥੋੜਾ ਬਹੁਤਾ ਇੰਗਲਿਸ਼ ਜਿੱਦਾਂ 25-30% ਚਾਹੀਦੀ ਉਹਨਾਂ ਨੂੰ ਹੈਲੋ ਹਾਏ ਕਰਨ ਨੂੰ, ਗੱਲਬਾਤ ਕਰਨ ਵਾਸਤੇ, ਉਹ ਫਿਰ ਸਿਲੈਕਟ ਕਰਦੇ ਆ, ਜੇ ਸਿਲੈਕਟ ਕਰਦੇ ਤਾਂ ਗਾੜੀ ਤੁਹਾਡਾ ਪ੍ਰੋਸੈਸ ਸਟਾਰਟ। ਇੰਡੀਆ ਦੇ ਵੀ ਲਾਇਸੈਂਸ ਹੋਣ ਜਿਨ੍ਹਾਂ ਦੇ ਹੈਵੀ ਹੈਗੇ ਉਹ ਵੀ ਆ ਰਹੇ ਆ ਹੁਣ ਤੇ ਬੰਦੇ, ਇੰਡੀਆ ਤੋਂ ਵੀ ਚੱਲਣ, ਉਹਦਾ ਵੀ ਚੱਲ ਸਕਦਾ, ਉਹਨਾਂ ਦੇ ਵੀ ਚੱਲਣ ਦੇ ਇੰਟਰਨੈਸ਼ਨਲ ਹੋ, ਅੱਛਾ ਇੰਟਰਨੈਸ਼ਨਲ ਜਿਨ੍ਹਾਂ ਦੇ ਇੰਡੀਆ ਚ ਹੈਗੇ ਤੇ ਉਹ ਚੱਲ ਸਕਦੇ ਇਧਰ, ਉਹ ਵੀ ਚੱਲਣ ਦੇ। ਕਿੰਨੇ ਚਿਰ ਚ ਆ ਗਿਆ ਤੁਹਾਡਾ ਵੀਜ਼ਾ? ਵੀਜ਼ਾ ਆ ਗਿਆ 3 ਮਹੀਨੇ ਚ। ਇਹਨਾਂ ਵੀਰ ਨੇ ਬੜੀਆਂ ਸਹੂਲਤਾਂ ਦੱਸੀਆਂ ਜਿਹੜੀਆਂ ਦੁਬਈ ਵਿੱਚ ਨਹੀਂ ਹੈਗੀਆਂ, ਖਾਸ ਕਰ ਰੈਸਟ ਦੇ ਚੱਕਰ ਚ। ਦੱਸੋ ਬੜੇ ਫਿਊਚਰ ਦੇ ਬਹੁਤ ਜ਼ਿਆਦਾ ਗੱਡੀ ਦੇ ਵਿੱਚ ਦੱਸਣ ਦੇ ਕਿ ਵਧੀਆ, ਪਰ ਵਧੀਆ ਵਾ ਉਹਦੇ ਨਾਲ ਦੁਬਈ ਨਾਲੋਂ ਜਿੱਥੇ ਬੰਦਾ ਆ ਜੇ। ਬਾਕੀ ਆਪਣੇ ਫਰਿੱਜ ਦਿਖਾਉਂਦੇ ਵੀਰ ਨੇ, ਸੌਣ ਦਾ ਉੱਤੇ ਸੌਣ ਦਾ ਜਗਾੜ, ਵੀਰ ਨੇ ਪੂਰਾ ਫੂਡ ਫੂਡ ਚੰਗਾ ਭਰਿਆ ਵਾ ਦੇ ਸਾਲੇ। ਆਹ ਫਰਿੱਜ ਵਾ ਹਨਾ, ਇੱਕ ਇੱਧਰ ਆਹ ਫਰਿੱਜ ਵੀਰ ਨੇ, ਵਧੀਆ ਨਿੱਕੀ ਜੀ ਫਰਿੱਜ ਆ, ਬਾਕੀ ਉਹ ਫਲ ਫੁੱਲ ਰੱਖੇ ਆ, ਵਧੀਆ ਸਿਸਟਮ, ਪਾਣੀ ਪੂਣੀ ਨਾਲ। ਜਦੋਂ ਪੈਸੇ 10-15 ਦੇਣੇ ਅਕਾਊਂਟ ਦੇ ਆ ਜਾਂਦੇ ਨਾ, ਉਹ ਨਹੀਂ ਦਿਲ ਚ ਲੈਂਦੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੇਰੇ ਵਲੌਗ ਦੇ ਵਿੱਚ, ਚੈਨਲ ਦੇ ਵਿੱਚ ਸਵਾਗਤ ਸਭ ਦਾ। ਪਹਿਲੋਂ ਵੀ ਵੀਡੀਓ ਬਣਾਈਆਂ, ਪਹਿਲੋਂ ਉਦਾਂ ਹੀ ਬਣਾਉਂਦੇ ਰਹੇ ਆ। ਅੱਜ ਮੈਂ ਪਹਿਲੀ ਵਾਰ ਵੀਰ ਆਪਣੇ ਆਏ ਆ, ਤੁਸੀਂ ਕਿਹੜੀ ਜਗ੍ਹਾ ਆਏ ਹੋ ਇੱਥੇ? ਮੈਂ ਭਾਜੀ ਆਇਆ ਲਿਥੁਆਨੀਆ। ਲਿਥੁਆਨੀਆ, ਲਿਥੁਆਨੀਆ ਤੋਂ ਉੱਥੇ ਵੀਰ ਆਏ, ਪਰ ਪਹਿਲੋਂ ਦੁਬਈ ਚ ਵੀਰ ਜੀ। ਕਿੰਨੇ ਸਾਲ ਦੁਬਈ ਲਾਏ ਵੀਰ ਨੇ? ਦੁਬਈ ਲਾਏ 12 ਸਾਲ ਜਿੱਦਾਂ। 12 ਸਾਲ ਵੀਰ ਨੇ ਦੁਬਈ ਲਾਏ, ਫਿਰ ਇੱਥੇ ਆਏ ਹੋ, ਇੱਥੇ ਵੀ ਟਰੱਕ, ਉੱਥੇ ਵੀ ਡਰਾਈਵਰੀ ਕੀਤੀ। ਉੱਥੇ ਮਤਲਬ ਤੁਸੀਂ ਜਦੋਂ 12 ਸਾਲ ਤੇ ਕਿੰਨੇ ਸਾਲ ਪਹਿਲਾਂ ਬਣ ਗਿਆ ਤੁਹਾਡਾ ਲਾਇਸੈਂਸ ਉੱਥੇ ਬਣ ਗਿਆ ਸੀ? ਮੇਰਾ 2009 ਦਾ ਬਣਿਆ ਲਾਇਸੈਂਸ ਜਿੱਦਾਂ। ਉੱਥੇ ਕਿੰਨੇ ਤੱਕ ਚਲਾਈ ਤੁਸੀਂ? ਮੈਂ ਚਲਾਈ ਉੱਥੇ ਜਿੱਦਾਂ 2021 ਤੱਕ। ਕੀ ਤੱਕ? ਫਿਰ ਮਤਲਬ ਜਦੋਂ ਇੱਧਰ ਦਾ ਤੁਹਾਨੂੰ ਪਤਾ ਲੱਗਾ ਜੇ ਇਹ ਮਤਲਬ ਏਜੰਟ ਥਰੂ ਹੀ ਤੁਹਾਨੂੰ? ਹਾਂ ਏਜੰਟ ਹੀ ਸੀਗਾ ਉੱਥੋਂ ਦੁਬਈ, ਉਹ ਆਏ ਆਪਣੇ ਕਾਫੀ ਭਰਾ ਜਿੱਦਾਂ ਪੰਜਾਬੀ ਪਹਿਲਾਂ, ਹਾਂਜੀ ਉਹਨਾਂ ਦੇ ਰਾਹੀਂ ਜਿੱਦਾਂ ਗੱਲਬਾਤ ਹੈਗੀ, ਤੇ ਉਹਦੇ ਹਿਸਾਬ ਨਾਲ ਜਿੱਦਾਂ ਗਾਹ ਨਹੀਂ ਗਾਹ ਪਤਾ ਲੱਗ ਗਿਆ। ਅੱਛਾ ਇੱਥੇ ਮਤਲਬ ਜਦੋਂ ਕੰਪਨੀ ਦੇ ਤੁਸੀਂ ਉੱਥੋਂ ਕਨੈਕਟ ਹੋ ਜਾਂਦਾ ਵਾ ਕਿ ਤੁਸੀਂ ਸਾਡੀ ਕੰਪਨੀ ਉੱਥੋਂ ਬਕਾਇਦਾ ਜਿੱਦਾਂ ਲਾ ਲਓ ਏਜੰਟ ਰਾਹੀਂ ਆਪਾਂ ਪੇਪਰ ਤੇ ਭੇਜੇ ਸੀ ਕੰਪਨੀ ਨੂੰ, ਕੰਪਨੀ ਦੀ ਬਕਾਇਦਾ ਤੁਹਾਨੂੰ ਵਟਸਐਪ ਕੋਲ ਆਊਗੀ ਵੀਡੀਓ, ਉਹ ਚ ਇੰਟਰਵਿਊ ਹੋਊਗੀ ਤੁਹਾਡੀ, ਥੋੜਾ ਬਹੁਤਾ ਇੰਗਲਿਸ਼ ਜਿੱਦਾਂ 25-30% ਚਾਹੀਦੀ ਉਹਨਾਂ ਨੂੰ ਹੈਲੋ ਹਾਏ ਕਰਨ ਨੂੰ, ਗੱਲਬਾਤ ਕਰਨ ਵਾਸਤੇ, ਉਹ ਫਿਰ ਸਿਲੈਕਟ ਕਰਦੇ ਆ, ਜੇ ਸਿਲੈਕਟ ਕਰਦੇ ਤਾਂ ਗਾੜੀ ਤੁਹਾਡਾ ਪ੍ਰੋਸੈਸ ਸਟਾਰਟ ਹੋ ਜਾਂਦਾ ਜਿੱਦਾਂ। ਠੀਕ। ਕਿੰਨੇ ਚਿਰ ਚ ਆ ਗਿਆ ਤੁਹਾਡਾ ਵੀਜ਼ਾ? ਵੀਜ਼ਾ ਆ ਗਿਆ 3 ਮਹੀਨੇ ਚ। 3 ਮਹੀਨੇ ਜਾ ਗਿਆ, ਫਿਰ ਤੁਸੀਂ ਇੱਥੇ ਆਏ ਕਿੰਨਾ ਚਿਰ ਕਲਾਸ ਲਾਈ ਇੱਥੇ? ਇੱਥੇ ਆਣ ਕੇ ਤੇ 15-20 ਦਿਨ ਦੀ ਟ੍ਰੇਨਿੰਗ ਹੁੰਦੀ ਕਲਾਸਾਂ ਦੀ, ਤੇ 1.5 ਮਹੀਨਾ, ਮਹੀਨੇ ਤੋਂ 1.5 ਮਹੀਨੇ ਦੇ ਵਿੱਚ ਵਿੱਚ ਪ੍ਰੋਸੈਸ ਪੂਰਾ ਗੱਡੀ ਦਾ ਮਿਲਦਾ। ਦੁਬਈ ਨਾਲੋਂ ਬੈਟਰ ਵਾ ਇੱਥੇ ਤੁਹਾਡੇ? ਬਹੁਤ ਵਧੀਆ। ਦੁਬਈ ਦੇ ਇੱਥੇ ਕੋਈ ਖਾਸੀਅਤ ਇਹੋ ਜਿਹੀ ਹੈਗੀ ਜਿਹੜੀ ਦੁਬਈ ਵਧੀਆ ਇੱਥੇ ਨਹੀਂ ਹੈਗੀ? ਦੁਬਈ ਦਾ ਲਾ ਲਓ ਕਿ ਰਹਿਣਾ ਸਹਿਣਾ ਲਾ ਲਓ ਜਾਂ ਅਕੋਮੋਡੇਸ਼ਨ ਫੂਡ ਲਾ ਲਓ ਕਿ ਆਪਾਂ ਜਿੱਦਾਂ ਲੱਗ ਲੱਗੇ ਸਾਰੀ ਹਰੇਕ ਚੀਜ਼ ਮਿਲ ਜਾਂਦੀ ਆ ਇੱਥੇ ਤੁਹਾਨੂੰ। ਆਪਣੀ ਪੰਜਾਬੀ ਸ਼ੌਪ ਵੀ ਜਿੱਦਾਂ ਸਾਡੀ ਲੈਣ ਦੇ ਵਿੱਚ ਹਾਈਵੇ ਦੇ ਨਾਲ ਨਾਲ ਕੋਈ ਵੀ ਸ਼ੌਪ ਨਹੀਂ, ਜਿੱਥੇ ਵੀ ਲੱਭੀ ਨੀ ਹੋਣੀ, ਇੱਥੇ ਵੀ ਸਰਚ ਮਾਰੋ ਲੱਗ ਲੱਗੇ, ਜਾਂ ਸਾਡਾ ਹੁਣ ਪਤਾ ਨੀ ਇਟਲੀ ਆ, ਜਰਮਨ ਆ, ਫਰਾਂਸ ਆ, ਕਿੱਥੇ ਆ, ਤੁਹਾਨੂੰ ਸ਼ੌਪ ਸ਼ੂਪ ਫੂਡ ਆਪਣਾ ਲੱਭਣਾ ਜਿੱਦਾਂ ਆਟਾ ਉਟਾ ਮਿਰਚਾਂ ਮੁਰਚਾਂ ਬਹੁਤ ਮੁਸ਼ਕਿਲ ਇਹ ਚੀਜ਼ਾਂ ਦੀ, ਜਿੱਦਾਂ ਕਈ ਚੀਜ਼ਾਂ ਦੀ, ਇਹ ਚੀਜ਼ਾਂ ਦੀ ਥੋੜਾ, ਬਾਕੀ ਉਦਾਂ ਵਧੀਆ ਉੱਥੋਂ ਨਹੀਂ। ਗੱਡੀ ਚਲਾਉਣ ਦੇ ਹੱਕ ਚ ਇੱਥੇ ਬਹੁਤ ਜ਼ਿਆਦਾ ਰੈਸਟ ਆ, ਵਧੀਆ ਵਾ ਜਿੱਦਾਂ। ਬਾਕੀ ਵੀਰ ਨੂੰ ਅਸੀਂ ਜਦੋਂ ਵੀਰ ਨੂੰ ਮਿਲੇ ਤੇ ਮੈਂ ਪੁੱਛਿਆ ਤੇ ਵੀਰ ਇੱਥੇ ਮੈਂ ਗੁਰੂ ਘਰ ਸੇਵਾ ਕਰਦਾ, ਵੀਰ ਮਿਲੇ ਤੇ ਗੱਲ ਕੀਤੀ, ਵੀਰ ਕਹਿੰਦਾ ਮੈਂ ਟਰੱਕ ਡਰਾਈਵਰ ਇੱਥੇ ਟਰੱਕ ਦੇ ਵਿੱਚ ਆਇਆ। ਫਿਰ ਮੈਂ ਪੁੱਛਿਆ ਸਾਰਾ ਵੀਰ ਨੂੰ, ਵੀਰ ਨੇ ਬੜੀਆਂ ਸਹੂਲਤਾਂ ਦੱਸੀਆਂ ਜਿਹੜੀਆਂ ਦੁਬਈ ਵਿੱਚ ਨਹੀਂ ਹੈਗੀਆਂ, ਖਾਸ ਕਰ ਰੈਸਟ ਦੇ ਚੱਕਰ 'ਚ। ਕਹਿੰਦੇ ਰੈਸਟ ਦੇ ਚੱਕਰ 'ਚ ਇੱਥੇ 9 ਘੰਟੇ ਵੀਰ ਕਹਿੰਦੇ 9 ਘੰਟੇ ਤੋਂ ਵੱਧ ਆਪਾਂ ਗੱਡੀ ਨਹੀਂ ਚਲਾ ਸਕਦੇ, ਜੇ ਚਲਾਲੀ ਤੇ ਮੂਲ ਤਾਂ ਕੰਪਨੀ ਪੈਸਾ ਦਾ ਜਾਂ ਇਹਨਾਂ ਨੂੰ ਪਊਗਾ, ਜੇ ਆਪਣੇ ਹੱਕ ਨਾਲ ਚਲਾਉਣਾ ਕੰਪਨੀ ਆਰਡਰ ਦਊਗੀ ਫਿਰ ਚਲਾਉਣਾ, ਤੇ ਉਹ ਵੀ ਫਿਰ ਮੂਲ ਤਾਂ ਪਿਆ ਤੇ ਉਹ ਕੰਪਨੀ ਮਤਲਬ ਜੇ ਮਤਲਬ ਉਹ ਪਾਉਂਦੇ ਚਲਾਨ ਕੱਟਦੇ ਮਤਲਬ ਮੂਲ ਤਾਂ ਕਹਿ ਦਿੰਦੇ ਤੇ ਉਹ ਇਹਨਾਂ ਪਊਗਾ, ਤੇ ਦੂਜੇ ਦੇਸ਼ਾਂ ਨਾਲੋਂ ਹੋ ਸਕਦਾ ਦੂਜੇ ਦੇਸ਼ਾਂ 'ਚ ਪੈਸਾ ਜ਼ਿਆਦਾ ਬਣਦਾ ਹੋਵੇ ਨਾ, ਪਰ ਉੱਥੇ ਗੱਡੀ ਜ਼ਿਆਦਾ ਚਲਾਉਣੀ ਪੈਂਦੀ ਨਹੀਂ। ਗੱਡੀ ਤੇ ਲਾ ਲਓ ਕਾਨੂੰਨ ਤੇ 9 ਘੰਟੇ ਦਾ ਹੀ ਆ, ਪਰ ਉੱਥੇ ਟੀਮ ਦੇ ਵਿੱਚ ਗੱਡੀ ਚਲਾਉਣੀ ਆ, ਜਿੱਦਾਂ ਲਾ ਲਓ ਕੈਨੇਡਾ ਅਮਰੀਕਾ ਦੀ ਲਾ ਲਓ, ਉੱਥੇ 2 ਬੰਦੇ ਚਲਾ ਰਹੇ, ਉਹਨਾਂ 18 ਘੰਟੇ 19 ਘੰਟੇ ਕੰਮ ਕਰਨਾ, ਅਸੀਂ 9 ਘੰਟੇ ਕਰਨਾ, ਤੇ ਪੈਸੇ ਜੇ ਇੱਥੇ ਯੂਰੋਪੀਅਨ ਲਾਇਸੈਂਸ ਅਸੀਂ ਕਰ ਲੈਂਦੇ ਹਾਂ, ਜੇ ਇੰਟਰਨੈਸ਼ਨਲ ਲਾਇਸੈਂਸਾਂ ਦੇ ਗੱਡੀਆਂ ਟਰੱਕ ਚਲਾਉਂਦੇ ਹਾਂ, ਤੇ ਫਿਰ ਇੱਥੇ ਵੀ ਪੇ ਬਹੁਤ ਸੋਹਣੀ ਮਿਲਦੀ ਹੈ, ਪੇ ਨਹੀਂ ਗੀ ਜਿੱਦਾਂ ਪੈਸੇ ਦੀ ਵੀ ਨਹੀਂ ਮੇਰੇ ਹਿਸਾਬ ਨਾਲ ਕਮੀ ਪੇਸ਼ੀ ਆਊਗੀ। ਤੇ ਜਿਹੜੇ ਵੀ ਦੁਬਈ ਰਹਿੰਦੇ ਉਹ ਇਹ ਵੀ ਨਾ ਸੋਚੋ ਬਹੁਤ ਔਖਾ ਇੱਥੇ ਆ ਕੇ ਲਾਇਸੈਂਸ ਮਤਲਬ ਲੈਣਾ, ਲਾਇਸੈਂਸ ਔਖਾ ਨਹੀਂ ਨਾ? ਨਹੀਂ ਕੋਈ ਔਖਾ ਨਹੀਂ ਆ, ਬਹੁਤ ਸੌਖਾ ਵੀਰ ਦੱਸਦੇ ਕਿ ਜਿੱਦਾਂ ਲਾਇਸੈਂਸ ਵੀ ਜੇ ਤੁਸੀਂ ਇੱਥੋਂ ਦਾ ਇਟਾਲੀ ਇਟਲੀ ਵੀ ਆ ਕੇ ਲਾਇਸੈਂਸ ਕਰਦੇ ਜੋ ਨਾ, ਤੇ ਬਹੁਤ ਸੌਖਾ ਵਾ, ਮਤਲਬ ਆਪਾਂ ਕਹੀਏ ਨਾ ਬਹੁਤ ਔਖਾ ਨਹੀਂ, ਬੋਲੀ ਆਉਣੀ ਚਾਹੀਦੀ, ਬੜੀ ਲੋਕੀ ਕਹਿੰਦੇ ਬੋਲੀ ਬਹੁਤ ਆਉਣੀ ਚਾਹੀਦੀ, ਬਹੁਤ ਨਹੀਂ 10% 20% ਹੀ ਤੁਹਾਡੀ ਆ ਗਈ ਨਾ, ਇੰਨੇ ਦਾ ਗੱਲ ਚੱਲ ਜਾਂਦਾ, ਗਾਹ ਗਾਹ ਨਿਕਲੀ ਜਾਂਦੇ ਰਾਹ, ਜਦੋਂ ਰਾਹ ਪੈ ਜਾਈਏ ਕਿਸੇ ਵੀ ਕੰਮ 'ਚ ਬਹੁਤ ਰਾਹ ਖੁੱਲਦੇ ਉਹਦੇ, ਮਤਲਬ ਟਰੱਕ ਬੜਾ ਸੌਖਾ ਪਹਿਲੀ ਗੱਲ ਤਾਂ, ਇੱਥੇ ਤਾਂ ਟਰੱਕ ਵੀ ਸੌਖੇ ਨਾਲੇ ਬਹੁਤ ਵਧੀਆ ਲਾਈਫ ਆ ਜੇ ਉੱਦਾਂ ਮੰਨੀਏ, ਬਿਲਕੁਲ ਕੰਮ ਵਾਲਾ ਲਾਈਫ ਵਧੀਆ ਵਾ, ਉਹਦਾ ਇਕੱਲਾ ਪਾਣਾ ਹੈਗਾ ਬਸ ਇਹ ਤੇ ਹੈਗਾ।
ਤੇ ਵੀਰ ਜੀ ਦੱਸਣ ਦਿੰਦੇ ਜਦੋਂ ਆਏ ਕਿ ਮਤਲਬ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੋਂ ਚੱਲਿਆ ਹੁਣ ਕਿੱਥੋਂ ਤੁਰੇ ਮੈਂ ਜਦੋਂ 4 ਤਰੀਕ ਨੂੰ ਲਥਵਾਨੀਆ ਤੋਂ ਤੁਰਿਆ ਤੇ ਅੱਜ ਕਿੰਨੀ ਹੋ ਗਈ 23 75 ਯੂਰੋ ਪੈਣੇ ਵੀਰ ਨੂੰ ਰੋਜ਼ ਦੇ ਤੇ ਬਾਕੀ ਭਾਵੇਂ ਖਲੋਤੇ ਰਹਿਣ ਕੰਮ ਇਹਨਾਂ ਨੂੰ ਕੰਪਨੀ ਦਵੇ ਨਾ ਦਵੇ ਤੇ ਬਾਕੀ ਸਹੂਲਤਾਂ ਬਹੁਤ ਜ਼ਿਆਦੀਆਂ ਸਭ ਤੋਂ ਸਹੂਲਤਾਂ ਹੀ ਆ ਸਹੂਲਤਾਂ ਤੁਸੀਂ ਮਤਲਬ ਇਹ ਵੀ ਨੀ ਹੈਗਾ ਕਿ ਜੇ ਤੁਹਾਨੂੰ ਗਰਮੀ ਲੱਗੇ ਤੇ ਤੁਸੀਂ ਚਲਾ ਕੇ ਗੱਡੀ ਬਹਿ ਸਕਦੇ ਕੋਈ ਚੱਕਰ ਨੀ ਕਈ ਕੰਪਨੀਆਂ ਨੂੰ ਦੱਸਦੇ ਵੀਰ ਕੇ ਦਾ ਫੋਨ ਆਉਂਦਾ ਆਹੋ ਉਹਦੇ ਵਿੱਚ ਕਈਆਂ ਦੇ ਹੈਗਾ ਵਾ ਉਹ ਕਰਦੇ ਲੋਕ ਸਾਡੀ ਗਰਮੀ ਆ ਅਸੀਂ ਏਸੀ ਜਿੰਨਾ ਚਿਰ 2 ਘੰਟੇ 4 ਘੰਟੇ ਨੋ ਪ੍ਰੋਬਲਮ ਕੋਈ ਦੇ ਮੈਸੇਜ ਨੀ ਆਇਆ ਗਾੜੀ ਹੁਣ ਬਰਫਾਂ ਦਾ ਸੀਜ਼ਨ ਆ ਜਾਣਾ ਜਿੱਦਾਂ ਸਨੋ ਬਹੁਤ ਪੈਣੀ ਆ ਚਲੋ ਇੱਧਰ ਦੇ ਇਟਾਲੀਆਂ ਦੇ ਇਟਾਲੀਆ ਇਸ ਇਲਾਕੇ ਚ ਬਹੁਤ ਘੱਟ ਪੈਂਦੀ ਆ ਆਸਟ੍ਰੇਲੀਆ ਹੋ ਗਿਆ ਚੈੱਕ ਰਿਪਬਲਿਕ ਹੋ ਗਿਆ ਪੋਲੈਂਡ ਹੋ ਗਿਆ ਉੱਥੇ ਤਾਂ ਮਾਈਨਸ ਚ ਹੀ ਰਹਿਣਾ ਟੈਂਪਰੇਚਰ ਤੋ ਹੀਟ ਵੀ ਚਲਾਉਣੀ ਗੱਡੀ ਦੀ ਕੋਈ ਟੈਨਸ਼ਨ ਨੀ ਜਿੱਦਾਂ ਓਦਾਂ ਸੁੱਤਾ ਨੀ ਜਾਣਾ ਹੀਟ ਤੋਂ ਬਗੈਰ ਤੇ ਕੋਈ ਪ੍ਰੋਬਲਮ ਵਾਲੀ ਗੱਲ ਕਹਿੰਦਾ ਕਿ ਬੈਟਰ ਵਾ ਉੱਥੇ ਨਾਲ ਉਹਨਾਂ ਦਾ ਪੈਸਾ ਵੀ ਚੰਗਾ ਬਣਦਾ ਕੋਈ ਬਿਲਕੁਲ ਗਾੜੀ ਫਿਊਚਰ ਫਿਊਚਰ ਬਹੁਤ ਆ ਨਾ ਗਾੜੀ ਫਿਊਚਰ ਤੇ ਸਾਰੇ ਰਾਹ ਖੁੱਲੇ ਆ ਫੈਮਿਲੀ ਦਾ ਫਿਊਚਰ ਆਪਣਾ ਫਿਊਚਰ ਆ ਦੁਬਈ ਤੋਂ ਹੀ ਕੰਮ ਕਰੀ ਜਾਓ ਵੀਜ਼ਾ ਵਧਾਈ ਜਾਓ ਕੰਮ ਕਰੀ ਜਾਓ ਬਸ ਜਿੰਨਾ ਚਿਰ ਤੁਸੀਂ ਕੰਮ ਕਰ ਰਹੇ ਜੇ ਉਹ ਆ ਫਿਊਚਰ ਤੁਹਾਡਾ ਤੁਸੀਂ ਕੰਮ ਕਰਨ ਨੂੰ ਹਟ ਗਏ ਤੇ ਉਹ ਜ਼ੀਰੋ ਆ ਸਾਰਾ ਪਰਿਵਾਰ ਇੱਥੇ ਗਾਂ ਦੀ ਗਾਂ ਫਿਊਚਰ ਬਹੁਤ ਆ ਕਿਸੇ ਵੀ ਕੰਟਰੀ ਚ ਸੈੱਟ ਹੋ ਸਕਦੇ ਜਿੱਦਾਂ ਅਸੀਂ ਪਿੰਡ ਟਰੱਕ ਲੈ ਗਏ ਅਸੀਂ ਜਿੱਥੇ ਮਰਜ਼ੀ ਮੂਵ ਹੋ ਗਏ ਪੱਕਾ ਪਰਮਾਨੈਂਟ ਵੀ ਕੰਪਨੀ ਜਿੱਦਾਂ ਆਪਣੀ ਫੈਮਿਲੀ ਦੇ ਨਾਲ ਜਿੱਥੇ ਮਰਜ਼ੀ ਤੇ ਬਾਕੀ ਇਹ ਕਿ ਨਾਲ ਪੇ ਵੱਧ ਹੀ ਰਹਿੰਦੀ ਗੱਲ ਸਭ ਤੋਂ ਵੱਡੀ ਹੈ ਬਾਕੀ ਇਹ ਕਿ ਘੁੰਮਣ ਨੂੰ ਬੜਾ ਮਿਲਦਾ ਵੀਰਾਂ ਦਾ ਸੁੱਖ ਵੀ ਬੜੇ ਤੇ ਦੁੱਖ ਇਹ ਹੈ ਕਿ ਇਕੱਲਾ ਰਹਿਣਾ ਪੈਂਦਾ ਨਾ ਜਦੋਂ ਅੱਜ ਵੀਰ ਦੋ ਦਿਨ ਹੋ ਗਏ ਇੱਥੇ ਆਏ 2 ਦਿਨ ਹੋ ਗਏ ਮੈਨੂੰ ਇੱਥੇ ਬੈਠੇ ਵੀਰ ਨੂੰ ਪਤਾ ਨਹੀਂ ਤੇ ਫਿਰ ਇਹਨੇ ਇਦਾਂ ਸਰਚ ਮਾਰਿਆ ਕਿਤੇ ਗੁਰੂ ਘਰ ਹੈਗਾ ਲਾਗੇ ਤੇ ਆਏ ਚਲ ਇਹ ਵਧੀਆ ਹੁੰਦਾ ਕਿ ਮਿਲ ਜਾਂਦਾ ਪੰਜਾਬੀ ਕੋਲ ਉਹ ਤੇ ਬੜੀ ਚੀਜ਼ ਕਈ ਕਹਿੰਦੇ ਇਟਲੀ ਚ ਮਤਲਬ ਬੜਾ ਔਖਾ ਲਾਇਸੈਂਸ ਲੈਣਾ ਇਹ ਨੀ ਕਿ ਜ਼ਰੂਰੀ ਇਟਲੀ ਜਾਓ ਲਾਗੇ ਮੈਨੂੰ ਕਿਤੇ ਆਏ ਪੂਰੇ ਯੂਰੋਪ ਵਿੱਚ ਆਪਾਂ ਚਲਾ ਸਕਦੇ ਹਾਂ ਬਿਲਕੁਲ ਇਟਲੀ ਚ ਇਹ ਭਾਸ਼ਾ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਭਾਸ਼ਾ ਦਾ ਦੂਜੀਆਂ ਦੀ ਇੰਗਲਿਸ਼ ਚੱਲ ਜਾਂਦੀ ਆ ਇੰਗਲਿਸ਼ ਹੈਗੀ ਕਈ ਕਈਆਂ ਚ ਆਪਾਂ ਹੈਗੀਆਂ ਕੰਟਰੀਆਂ ਜਿਨ੍ਹਾਂ ਚ ਲੈਂਗੁਏਜ ਮਿਲ ਜਾਂਦੀ ਆ ਹੁਣ ਸਲਵਾਨੀਆ ਹੋ ਗਿਆ ਸਲਵੀਕੀ ਹੋ ਗਿਆ ਇੱਧਰ ਜਾ ਕੇ ਲਾਇਸੈਂਸ ਕਰਨਾ ਬਿਲਕੁਲ ਈਜ਼ੀ ਆ ਪਰ ਉਹ ਉਹਨਾਂ ਦੀ ਦੋ ਤਿੰਨ ਕੰਟਰੀਆਂ ਜਿੱਦਾਂ ਜਰਮਨ ਹੋ ਗਿਆ ਇਟਲੀ ਹੋ ਗਿਆ 2-3 ਕੰਟਰੀਆਂ ਚ ਉਹ ਲਾਇਸੈਂਸ ਚੱਲਣਾ ਨੀ ਬਾਕੀ ਯੂਰਪ ਚ ਸਾਰੇ ਚੱਲੂਗਾ ਬਾਕੀ ਸਾਰੇ ਯੂਰਪ ਚੱਲੂਗਾ ਉੱਥੇ ਲਾਇਸੈਂਸ ਲੈਣਾ ਸਭ ਤੋਂ ਸੌਖਾ ਇਹ ਕਿ ਦੁਬਈ ਦਾ ਜੇ ਤੁਹਾਡੇ ਕੋਲ ਪੂਰਾ ਇੰਟਰਨੈਸ਼ਨਲ ਹੈਗਾ ਤੁਸੀਂ ਜਿੱਦਾਂ ਮਰਜ਼ੀ ਹਾਂ ਚਲਾ ਸਕਦੇ ਵਧੀਆ ਵਾ ਮਤਲਬ ਇਹ ਕਿ ਜੇ ਕੋਈ ਵੀਰ ਦੁਬਈ ਤੋਂ ਆਉਣਾ ਚਾਹੁੰਦਾ ਵਾ ਤੁਸੀਂ ਕਿਹੜੀ ਚਲਾਉਂਦੇ ਹੋ ਕੰਪਨੀ ਕਿਹੜੀ ਹੈ ਇਹ ਹੋਪ ਟ੍ਰਾਂਸ ਜਿੱਦਾਂ ਲਸਵਾਨੀਆ ਦੀ ਹਾਂਜੀ ਉਹ ਵਧੀਆ ਸਭ ਤੋਂ ਬੈਸਟ ਤੁਹਾਨੂੰ ਲੱਗੀ ਵਧੀਆ ਲੱਗਾ ਹਾਂ ਦੂਜੇ ਨਾਲ ਮਤਲਬ ਸਕੂਨ ਜ਼ਿਆਦੇ ਹੈ ਸਕੂਨ ਆ ਟਰੱਕ ਬਹੁਤ ਜ਼ਿਆਦਾ ਵਾ ਤੁਹਾਨੂੰ ਵੇਟਿੰਗ ਕੋਈ ਨੀਗੀ ਟਰੱਕ ਆਰਾਮ ਨਾਲ ਮਿਲੂਗਾ ਕੰਮ ਤੁਸੀਂ ਕਰਕੇ ਦੇਣ ਡੇ ਕੰਪਨੀ ਨੂੰ ਤੁਹਾਨੂੰ ਕੋਈ ਨੀ ਗਾ ਕਿਸੇ ਨੇ ਮੈਸੇਜ ਨੀ ਕਰਨਾ ਜਿੱਦਾਂ ਮੈਨੂੰ ਆਏ ਨੂੰ ਅੱਜ ਤੁਹਾਨੂੰ ਕਹਿਣਾ 19 ਦਿਨ ਹੋ ਗਏ ਮੈਨੂੰ ਕਿਸੇ ਨੇ ਪੁੱਛਿਆ ਨੀ ਆ ਕਿ ਤੂੰ ਕਿੱਦਾਂ ਕੰਮ ਕਰ ਰਿਹਾ ਘੱਟ ਚਲਾ ਰਿਹਾ ਵੱਧ ਚਲਾ ਰਿਹਾ ਤੁਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਡੇ ਜੇ ਤੇ ਕੋਈ ਹੈਡੇਕ ਨੀ ਗੀ ਦਿਮਾਗ ਤੋਂ ਨਹੀਂ ਹੈਗਾ ਕੋਈ ਪ੍ਰੈਸ਼ਰ ਕਿ ਤੂੰ ਇਦਾਂ ਇਦਾਂ ਮਤਲਬ ਵੀਰ ਦੱਸਣਾ ਕਿ 4-5 ਜਿੱਦਾਂ ਮਰਜ਼ੀ ਰਹੀ ਜਾਂਦੇ ਉਹਨੇ ਪੁੱਛਿਆ ਕਿ ਮੈਂ ਉੱਥੇ ਲਾਗੇ ਬੰਨੇ ਜਾਣਾ ਚਾਹੁੰਦਾ ਗੁਰੂ ਘਰ ਵਾ ਉਹਨੇ ਫਿਰ ਵੀ ਹਾਂ ਕਰਤੀ ਤੁਸੀਂ ਜਾਓ ਟਰੱਕ ਲੈ ਜਾਓ ਉੱਥੇ ਕੋਈ ਚੱਕਰ ਨਹੀਂ ਬੜੀ ਵੱਡੀ ਗੱਲ ਵਾ ਨਹੀਂ ਤੇ ਕੰਪਨੀਆਂ ਦੇ ਲੜੀ ਨਹੀਂ ਦਿੱਤੀ ਜਿਹਦੇ ਖਲੋਤੇ ਉੱਥੇ ਖਲੋਤੇ ਨਹੀਂ ਤੇ ਵੀਰ ਕਹਿੰਦਾ ਜਿਹੜੀ ਵੀਰ ਕੰਪਨੀ ਦੱਸਦੇ ਆ ਇਹ ਸਭ ਤੋਂ ਬੈਸਟ ਬਣਦਾ ਜੇ ਤੁਸੀਂ ਇੱਧਰ ਆਉਣਾ ਚਾਹੁੰਦੇ ਹੋ ਨਾਲੇ ਇੱਥੇ ਇਹ ਕੰਮ ਦੱਸਦੇ ਕਿ ਕੰਮ ਦੀ ਇਹ ਨਹੀਂ ਹੈ ਤੁਸੀਂ ਆਪਣੀ ਮਰਜ਼ੀ ਨਾਲ ਛੁੱਟੀ ਕਰਨੀ ਆ ਪਰ ਮਹੀਨੇ ਦੀ ਲੈ ਲਓ ਪਰ 5 ਦਿਨਾਂ ਪਰ 2 ਦਿਨਾਂ ਦੀ ਪਰ 1 ਦਿਨ ਦੀ ਬਿਲਕੁਲ ਇਹ ਨਹੀਂ ਉਹਨਾਂ ਨੇ ਕਹਿਣਾ ਤੁਸੀਂ ਜਾਣਾ ਹੀ ਜਾਣਾ ਨਹੀਂ ਨਹੀਂ ਕੋਈ ਪਾਬੰਦੀ ਨਹੀਂ ਗੀ ਜਦੋਂ ਵਾਪਸ ਅਸੀਂ ਚੱਲ ਗਏ ਆ ਇੱਧਰੋਂ ਹੁਣ ਉਹਨਾਂ ਪਲਾਨ ਕਰਕੇ ਭੇਜਦਾ ਇੱਧਰੋਂ ਜਾਣ ਲੱਗਿਆਂ ਵਾਧਾ ਘਟਾ ਹੋ ਸਕਦਾ ਵਾਪਸ ਅਸੀਂ ਪਹੁੰਚ ਗਏ ਕੰਪਨੀ ਦੇ ਟਰੱਕ ਜਮ੍ਹਾਂ ਕਰਾ ਦੇਣਾ ਵਾ ਕਟਰਾਲਾ ਜਮ੍ਹਾਂ ਕਰਾ ਦੇਣਾ ਮੁੜ ਕੇ 1-2-3 ਦਿਨ ਰੈਸਟ ਕਰਨੀ ਆਪਣਾ ਤੇ ਡਿਪੈਂਡ ਆ ਤੁਹਾਡੇ ਤੇ ਤੁਸੀਂ ਕਿੰਨੇ ਦਿਨ ਤੁਸੀਂ ਛੁੱਟੀ ਮਾਰਨਾ ਜਿੰਨੇ ਮਰਜ਼ੀ ਹੈ ਤੁਹਾਡੀ ਬਿਲਕੁਲ ਬਿਲਕੁਲ ਮਤਲਬ ਸਾਲਾਂ ਵਿੱਚ ਆਪਣੇ ਵੱਲੋਂ ਵੀ ਕੋਈ ਛੁੱਟੀ ਦਿੰਦੇ ਆ ਸਾਲ ਤੁਸੀਂ 3 ਮਹੀਨੇ ਇੱਥੇ ਜੋਬ ਕਰ ਲਓ ਇਹ ਕੰਪਨੀ 'ਚ 3 ਮਹੀਨਿਆਂ ਬਾਅਦ ਭਾਵੇਂ 3 ਮਹੀਨੇ ਵਾਸਤੇ ਤੁਸੀਂ ਲੀਵ ਲੈ ਲਓ ਕੋਈ ਚੱਕਰ ਨਹੀਂ ਤੇ ਉਹ ਤੁਸੀਂ ਜਾ ਜਿੱਦਾਂ ਘਰੋਂ ਜਾਓਗੇ ਤੇ ਪੇ ਪੂ ਕੋਈ ਦੇਣਾ ਨਹੀਂ ਬਤੌਰ ਸੈਲ ਅੱਛਾ ਅੱਛਾ ਮਤਲਬ ਇਹ ਨਹੀਂ ਪੇ ਟਰੱਕ ਦੇ ਅੰਦਰ ਹੀ ਆ ਹਾਂ ਜਿੰਨਾ ਤਾਂ ਕਾਰਡ ਜਿੰਨਾ ਤਾਂ ਪਾਬੰਦੀ ਨਹੀਂ ਆ ਤਾਂ ਕਰਕੇ ਪਾਬੰਦੀ ਨਹੀਂ ਗੀ ਅੱਛਾ ਅੱਛਾ ਤੁਸੀਂ 3 ਮਹੀਨੇ ਰਹੋ ਘਰ ਮਹੀਨੇ 4 ਮਹੀਨੇ ਰਹੋ ਘਰੇ 3 ਮਹੀਨੇ ਕੰਮ ਕਰਕੇ ਦੇ ਦਿਓ ਇਹਨਾਂ ਨੂੰ ਮੁੜ ਕੇ ਤੁਸੀਂ ਜਿੰਨੇ ਜਿੰਨੇ ਮਹੀਨੇ ਵਾਸਤੇ ਮਰਜ਼ੀ ਘਰ ਜਾ ਸਕਦੇ ਜੀ ਹਾਂ 3 ਮਹੀਨੇ ਕੰਮ ਦੇ ਬਾਅਦ ਛੁੱਟੀ ਬਾਅਦ ਜਿੰਨੀ ਮਰਜ਼ੀ ਲੈ ਲਓ ਬਿਲਕੁਲ ਬਾਕੀ ਤੁਸੀਂ ਦੱਸਦੇ ਕਾਰਡ ਕੋਡ ਦਾ ਕਿੱਦਾਂ ਉਹ ਵੀ ਦਿਖਾਉਂਦੇ ਤੁਹਾਨੂੰ ਵੀਰੋ ਨਾਲ ਬੜੀ ਚੀਜ਼ ਵਧੀਆ ਦੱਸੀ ਹੁਣੇ ਵੀਰ ਨੇ ਦੱਸਣ ਦੇ ਕਿ ਮਤਲਬ ਕਿ ਪਹਿਲੇ ਤਾਂ ਤੁਸੀਂ ਇਹ ਦੱਸਿਆ ਹੈ ਕਿ ਇਹ ਮਤਲਬ ਗੱਡੀ ਦਾ ਕਿੱਦਾਂ ਤੁਸੀਂ ਚਲਾਉਂਦੇ ਹੋ ਇੰਨੇ ਪਰਸੈਂਟ ਤੱਕ ਸਹੀ ਚੱਲਦੀ ਤੁਹਾਡੀ ਗੱਡੀ ਉਹ ਵਾਲਾ ਮੈਨੂੰ ਫਿਊਚਰ ਕੱਢ ਕੇ ਦਿਖਾਇਆ ਮੈਨੇ ਵੀਰ ਦੱਸਣ ਦੇ ਹੈ ਕਿ ਪਰਸੈਂਟਿੰਗ ਦਾ ਆ ਚੀਜ਼ ਹੁੰਦੀ ਆ ਜਿੱਦਾਂ
ਇਧਰ ਸਭ ਨੂੰ ਪਤਾ ਜਿਹੜੇ ਵੀਰ ਟਰੱਕ ਉੱਥੇ ਚਲਾਉਂਦੇ ਸੇਮ ਹੀ ਆ ਕੋਈ ਕੁਛ ਵੀ ਨਹੀਂ ਨਾ ਅੱਡੇ ਚ ਬਿਲਕੁਲ ਨਾ ਨਾ ਕੋਈ ਦੁਬਈ ਨਾਲੋਂ ਕੁਛ ਵੱਖਰਾ ਕੁਛ ਨਹੀਂ ਹੈ ਕੁਛ ਨਹੀਂ ਉਹਦੇ ਨਾਲੋਂ ਫਾਇਦਾ ਹੀ ਆ ਉਧਰ ਮੈਨੂਅਲ ਗੇਅਰ ਆ ਇਧਰ ਸਾਰਾ ਕੁਛ ਆਟੋਮੈਟਿਕ ਆ ਹਾਂ ਸਭ ਕੁਛ ਬਾਵ ਦੋ ਤਿੰਨ ਹੀ ਗੇਅਰ ਬਸ ਅੱਗੇ ਪਿੱਛੇ ਦੇ ਹਾਂ ਮਤਲਬ ਲੋ ਤੇ ਹਾਈ ਬਸ ਇਹੀ ਸਿਸਟਮ ਆ ਬਾਕੀ ਹੈਂਡ ਬ੍ਰੇਕ ਬਾਕੀ ਸਭ ਤੋਂ ਵਧੀਆ ਫਿਊਚਰ ਉੱਥੇ ਵੀ ਹੁੰਦਾ ਦੁਬਈ ਚ ਵੀ ਜੇ ਕੰਟਰੋਲ ਆਪੇ ਹੋ ਜਾਂਦੀ ਗੱਡੀ ਨਹੀਂ ਉੱਥੇ ਹੈ ਨਹੀਂ ਗਾ ਅਜੇ ਤੱਕ ਆਇਆ ਗਾਹ ਆ ਜੂਗਾ ਜਿੱਦਾਂ ਗਾਹ ਦੀ ਗਾਹ ਜਿੱਦਾਂ ਨਵੇਂ ਮਾਡਲ ਆਉਂਦੀਆਂ ਗੱਡੀਆਂ ਹਾਂ 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 ਬੜੇ ਵਧੀਆ ਆਉਂਦੇ ਫੀਚਰ ਤੇ ਵੀਰ ਇਹ ਦੱਸਦੇ ਚ ਸਭ ਤੋਂ ਵੱਡੀ ਗੱਡੀ ਹੈ ਕਿ ਗੱਡੀ ਵੀ ਜ਼ੋਰ ਜਾਂਦੀ ਜੇ ਇਕਦਮ ਕੋਈ ਆ ਜਾਂਦਾ ਤੇ 20 ਤੱਕ ਆਪ ਕੰਟਰੋਲ ਕਰਦੀ ਹੈ ਨਾ ਬ੍ਰੇਕ ਲਾਉਣ ਦੀ ਜ਼ਿਆਦਾ ਲੋੜ ਨਹੀਂ ਪੈਂਦੀ 20 ਤੋਂ ਬਾਅਦ ਚ ਆਪ ਕਰਨੀ ਪੈਂਦੀ ਹਾਂ ਸਹੀ ਗੱਲ ਹਾਂ ਮਤਲਬ ਇਹ ਬੈਟਰ ਵੀਰ ਦੀ ਦੱਸਣ ਬੜੇ ਫਿਊਚਰ ਤੇ ਬਹੁਤ ਜ਼ਿਆਦਾ ਗੱਡੀ ਦੇ ਵਿੱਚ ਦੱਸਦੇ ਕਿ ਵਧੀਆ ਪਰ ਵਧੀਆ ਵਾ ਉਹਦੇ ਨਾਲ ਦੁਬਈ ਨਾਲੋਂ ਜਿੱਥੇ ਬੰਦਾ ਆ ਜੇ ਥੋੜ੍ਹਾ ਬੰਦਾ ਇਹ ਡਰਦਾ ਕਿ ਇੰਗਲਿਸ਼ ਦਾ ਕੋਈ ਟੈਸਟ ਲੈਂਦੇ ਕਿ ਉਹਦੇ ਬਸ ਗੱਲ ਹੀ ਕਰਦੇ ਨਹੀਂ ਗੱਲ ਹੀ ਜਨਰਲ ਨੌਲੇਜ ਦੇ ਤੁਹਾਡੇ ਉਹਨੇ ਪੁੱਛਣੇ ਸਵਾਲ ਜਵਾਬ ਡੇਟ ਆਫ ਬਰਥ ਪੁੱਛਣਗੇ ਪਾਸਪੋਰਟ ਨੰਬਰ ਪੁੱਛਣਗੇ ਕਿੰਨਾ ਜੇ ਟਰੱਕ ਚਲਾਇਆ ਕਿਹੜਾ ਟਰੱਕ ਚਲਾਇਆ ਤੁਸੀਂ ਚੁੱਪ ਕਰਕੇ ਤੁਸੀਂ ਥੋੜੀ ਬਹੁਤੀ ਆਪਣੀ ਜਨਰਲ ਨੌਲੇਜ ਤੇ ਸਾਰੇ ਨੂੰ ਹੁੰਦੀ ਕਿਹਨੂੰ ਨਾਂ ਦੱਸਣਾ ਕਿੱਦਾਂ ਕਰਨਾ ਬਾਕੀ ਗਾਂ ਵਾਸਤੇ ਤੁਸੀਂ ਕਿੱਥੇ ਯੂਕੇ ਵੀ ਜਾ ਆਏ ਹਾਂ ਯੂਕੇ ਹੋ ਗਿਆ ਤੇ ਤੁਹਾਨੂੰ ਮਿੰਟ ਚ ਮਿਲ ਗਿਆ ਹੋਣਾ ਜ਼ਿਆਦਾ ਆਹੋ ਨੋਰਮਲੀ ਜਿੱਦਾਂ ਲਾਓ ਮੈਂ ਕੋਈ ਐਡਾ ਕੋਈ ਬੈਂਕ ਬੈਲੈਂਸ ਨਹੀਂ ਲਾਇਆ ਜਾਂ ਕੋਈ ਡਾਕੂਮੈਂਟ ਲਾਇਆ ਜੋ ਮੇਰੇ ਕੋਲ ਹੈਗਾ ਸੀ ਲੀਗਲ ਹੀ ਲਾਇਆ ਤੇ ਨੋਰਮਲ 6 ਮਹੀਨੇ ਦਾ ਵੀਜ਼ਾ ਮਿਲ ਗਿਆ ਹਾਂ ਮਤਲਬ ਇਹ ਤਾਂ ਉਹ ਵੀ ਸਹੀ ਰਿਹਾ ਤੁਹਾਡਾ ਹੁਣ ਤੁਸੀਂ ਗਾਂ ਜੇ ਚਾਹੋ ਤੇ ਅਮਰੀਕਾ ਕੈਨੇਡਾ ਕੈਨੇਡਾ ਤੇ ਵੀ ਕਰ ਸਕਦੇ ਕਿ ਨਹੀਂ ਹਾਂ ਹੋ ਸਕਦਾ ਗਾੜੀ ਜਿੱਦਾਂ ਜੇ ਪਲਾਨ ਕੀਤਾ ਹੋਇਆ ਆਪਾਂ ਕੇ ਹਾਂ ਚਾਹ ਵਾਲਾ ਜਾਣਾ ਵਾ ਵੀ ਤੁਸੀਂ ਯੂਕੇ ਦਾ ਕੰਮ ਵਾਸਤੇ ਗਏ ਹੋ ਸਾਰੀ ਲਾਈਫ ਵੀਰ ਦਾ ਸਹੀ ਆ ਬਸ ਥੋੜੀ ਜੀ ਇੰਨੀ ਕੁ ਕਮੀ ਆ ਕਿ ਇਹ ਜਿਹੜਾ ਕੱਲਾ ਪਾਣਾ ਜਿਹਾ ਰਹਿੰਦਾ ਬੰਦੇ ਨੂੰ ਕੱਲਾ ਪਾਣਾ ਕਿਤੇ ਕਿਤੇ ਫੂਡ ਦੀ ਪ੍ਰੋਬਲਮ ਤੁਹਾਨੂੰ ਦੱਸਿਆ ਜੀ ਕਿ ਆਪਣੀ ਸ਼ੌਪ ਨਾ ਮਿਲੀ ਕੋਈ ਤੇ ਤੁਹਾਨੂੰ ਆਪਣੇ ਰਿਲੇਟਡ ਖਾਣ ਦਾ ਨਹੀਂ ਕੁਝ ਬਾਕੀ ਫੂਡ ਉਹ ਚੱਲਿਆ ਨਹੀਂ ਨਾ ਜੇ ਕਾਰਡ ਖਾਣ ਪੀਣ ਦਾ ਵੈਸੇ ਸਾਰਾ ਆਪਣਾ ਹੀ ਆ ਜਿੰਨਾ ਚਿਰ ਨਹੀਂ ਟਰੱਕ ਮਿਲਦਾ ਓਨਾ ਚਿਰ ਉਹ ਰੂਮ ਵਗੈਰਾ ਸਾਰਾ ਕੁਝ ਪ੍ਰੋਵਾਈਡ ਕਰਦੀ ਕੰਪਨੀ ਬਾਕੀ ਬੰਦਾ ਸਹੀ ਸੈਲਰੀ ਹੈ ਕੋਈ ਚੱਕਰ ਨਹੀਂ ਨਾਲੇ ਇਹ ਵੀ ਨਹੀਂ ਕਿ ਕੰਮ ਰੋਕ ਜਾਣਾ ਇੱਦਾਂ ਦਾ ਕੋਈ ਚੱਕਰ ਹੀ ਨਹੀਂ ਵੀਰਾਂ ਦਾ ਆਪਣੀ ਮਰਜ਼ੀ ਆ ਤੁਸੀਂ ਜੋ ਮਰਜ਼ੀ ਕਰੀ ਜਾਓ ਬਾਕੀ ਐਵੇਂ ਫਰਿੱਜ ਦਿਖਾਉਂਦੇ ਵੀਰ ਨੇ ਸੌਣ ਦਾ ਉੱਤੇ ਸੌਣ ਦਾ ਜਗਾੜ ਕੈਨੇਡਾ ਚ ਨਹੀਂ ਇੱਦਾਂ ਕੈਨੇਡਾ ਚ ਵੱਡੇ ਵੀਰ ਨੇ ਪੂਰਾ ਫੂਡ ਫੂਡ ਚੰਗਾ ਭਰਿਆ ਵਾ ਤੇ ਮਤਲਬ ਇੱਧਰ ਤੇਲ ਖਾ ਆਪਾਂ ਉਹ ਇੱਧਰ ਮਸਾਲੇ ਆਹ ਫਰਿੱਜ ਵਾ ਹਨਾ ਇਹ ਕਿੱਧਰ ਆਹ ਫਰਿੱਜ ਵੀਰ ਨੇ ਵਧੀਆ ਨਿੱਕੀ ਜਿਹੀ ਫਰਿੱਜ ਆ ਬਾਕੀ ਉਹ ਫਲ ਫੁੱਲ ਰੱਖੇ ਆ ਵਧੀਆ ਸਿਸਟਮ ਪਾਣੀ ਪੂਣੀ ਨਾਲ ਹੀ ਹੈ ਬਾਕੀ ਇਹਦੇ ਉੱਤੇ ਸੌਂ ਜਾਓ ਬਾਕੀ ਜਿਹੜੇ ਕੈਨੇਡਾ ਅਮਰੀਕਾ ਉਹਦੇ ਤੇ ਜ਼ਿਆਦਾ ਹੀ ਉਹਦੇ ਖਾਲੀ ਜ਼ਿਆਦਾ ਹਾਂ ਉਹਦੇ ਜ਼ਿਆਦਾ ਵੱਡਾ ਵਾ ਉਹਦੇ ਤੇ ਫਿਰ ਇੱਕ ਡਰਾਈਵਰ ਨੇ ਵੀ ਰੈਸਟ ਕਰਨੀ ਹੁੰਦੀ ਨਾ ਬੈਕ ਉਹਦਾ ਦੋ ਟੀਮ ਚੱਲਦੀ ਹੈ ਤੇ ਹੁਣ ਸਿੰਗਲ ਡਰਾਈਵਰ ਆ ਸਿੰਗਲ ਬੰਦੇ ਵਾਸਤੇ ਆ ਜਿੱਦਾਂ ਆਏ ਪਰ ਉਹਦਾ ਤੁਸੀਂ ਇੰਨਾ ਚਿਰ 2 ਸਾਲ ਹੋ ਗਏ ਮੈਨੂੰ 2 ਸਾਲ ਸਮਥਿੰਗ ਹੋ ਹੀ ਗਏ ਪੌਣੇ ਕੁ 2 ਸਾਲ ਲਾ ਲਓ 2 ਸਾਲ ਤਾਂ ਪ੍ਰੋਬਲਮ ਇਹ ਜੀ ਕੋਈ ਫਸੀ ਜਾ ਤਾਂ ਤੁਹਾਨੂੰ ਹੁੰਦਾ ਹੋਵੇ ਕਿ ਉਹ ਠੀਕ ਨਹੀਂ ਹੈ ਕਿ ਯਾਰ ਮਾਟੂ ਨਹੀਂ 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 ਚੱਲੀ ਜਾਂਦਾ ਬਹੁਤ ਸੋਹਣਾ ਜਦੋਂ ਪੈਸੇ 10-15 ਦੇਣੇ ਅਕਾਊਂਟ ਦੇ ਆ ਜਾਂਦੇ ਨਾ ਉਹ ਨਹੀਂ ਦਿਲ ਦੁੱਲਦੇ ਉਦਾਂ ਹੋ ਸਕਦਾ ਵਾ ਕੋਈ ਦਿਲ ਡੋਲਦਾ ਹੈ ਜਾਂ ਨਾ ਚੰਗਾ ਲੱਗਦਾ ਹੈ ਕੰਮ ਜਦੋਂ 15-20 ਉਹ ਲਾਦਾ ਉਹਨਾਂ ਕੰਪਨੀ ਵਾਲੇ ਤਾਂ ਹੀ ਰੱਖਿਆ ਵਾ 15 ਦਿਨ ਬਾਅਦ 15 ਮੰਥਲੀ ਨਹੀਂ ਰੱਖੀ ਉਹਨਾਂ ਜਿੱਦਾਂ 1 ਮਹੀਨੇ ਦੇ ਵਿੱਚ 3 ਦੀ ਸੈਲਰੀ ਪਾਉਣੀ ਸਟੈਪ ਬਾਏ ਸਟੈਪ ਇਹ ਤਾਂ ਕਿ ਬੰਦੇ ਨੂੰ ਹੌਸਲਾ ਰਹੇ ਬਸ ਜਦੋਂ ਇੱਧਰ ਮੈਸੇਜ ਆ ਜਾਂਦਾ ਵਾ ਅਕਾਊਂਟ ਦਾ ਉਦੋਂ ਫਿਰ ਦਿਲ ਲੱਗ ਜਾਂਦਾ ਜੇ ਨਾ ਵੀ ਲੱਗੇ ਇਹ ਵਧੀਆ ਚੱਲ ਪਿਆ ਮੇਰੇ ਸਾਹਮਣੇ ਕਰਨਾ ਮਤਲਬ ਜੋ ਤੁਰ ਪਈ ਜਦੋਂ ਸਟਾਰਟ ਹੋ ਗਈ ਤੁਰਨ ਤੱਕ
ਨਹੀਂ ਜਦੋਂ ਆਪਾਂ ਸਟਾਰਟ ਕਰਨੀ ਸ਼ਿਫਟ ਹੁਣ ਮੈਂ ਖੜਾ ਵਾਂ ਸਟਾਰਟ ਆਪਾਂ ਇੱਥੋਂ ਕਰਨਾ ਅੱਛਾ ਅੱਛਾ ਉਹ ਆਪਸ਼ਨ ਤੋਂ ਕਰਨੀ ਕਿ ਮੈਂ ਡਿਊਟੀ ਸਟਾਰਟ ਕਰਨ ਲੱਗਾ ਹਾਂ ਬਸ ਜਦੋਂ ਮਤਲਬ ਤੁਹਾਨੂੰ ਕਹਿੰਦੇ ਪੁਲਿਸ ਨੇ ਰੋਕਣਾ ਵੀ ਤੇ ਇੱਚੋ ਚੈੱਕ ਕਰਨਾ ਵਾ ਕਿੰਨਾ ਚਿਰ ਤੁਸੀਂ ਅਰੈਸਟ ਕੀਤੀ ਆ ਜੇ ਇੱਕ ਵੀ ਮਿੰਟ ਹੋਇਆ ਤੇ ਉਹਦਾ ਮੂਲ ਤਾਂ ਸਾਰਾ ਕੁਝ ਜਿੱਦਾਂ ਬਾਕੀ ਮੈਪ ਬੁੱਕ ਵਾ ਇਹਨਾਂ ਨੂੰ ਇਹ ਨਹੀਂ ਫੋਨ ਤੋਂ ਮੈਪ ਲਾਉਣਾ ਤੇ ਅਸੀਂ ਆਹ ਵੀ ਵੀਡੀਓ ਸਟਾਰਟ ਕਰਨਾ ਪੜਾ ਇੱਕ ਮਿੰਟ ਇੱਕ ਆਹ ਦੱਸਣਾ ਇਹ ਤੇ ਇਹ ਵੀ ਹਾਂ ਸੱਚ ਸਭ ਤੋਂ ਵਧੀਆ ਇਹ ਵੀ ਗੱਲ ਆ ਕਿ ਤੁਹਾਨੂੰ ਇਹ ਨਹੀਂ ਵੇਖਣਾ ਪੈਣਾ ਟਰੱਕ ਕਹਿੰਦੀ ਜਾਣਾ ਕਹਿੰਦੀ ਨਹੀਂ ਜਾਣਾ ਇਹ ਮੈਪ ਬਹੁਤ ਵਧੀਆ ਚੰਦ ਜਿੱਥੇ ਜਿਹਦੀ ਟਰੱਕ ਨਿਕਲ ਸਕਦਾ ਉਹੀ ਇਹ 'ਚ ਰੋਡ ਦੱਸਿਆ ਆ ਜਿਹਦੀ ਜਿਹਦੀ ਵੀਰ ਆਏ ਆ ਉਹਨਾਂ ਦਾ ਸਾਰਾ ਇਹਨਾਂ ਦੇ ਇੱਚ ਹੀ ਆ ਜਾਣਾ ਸਾਰਾ ਡਾਟਾ ਇਹਨਾਂ ਨੂੰ ਇਹ ਨਹੀਂ ਕਿ ਕਿਸੇ ਦੇ ਤਰਲੇ ਕੱਢਣੇ ਫੋਨ ਕਰਨਾ ਪੈਣਾ ਕਿਸੇ ਨੂੰ ਕੁਛ ਨਹੀਂ ਲੋੜ ਇੱਦਾਂ ਮੈਪ ਲੱਗ ਜਾਣਾ ਛੋਟਾ ਨੀ ਸਭ ਤੋਂ ਬੈਟਰ ਇਹੀ ਹੈ ਕਿ ਬੰਦਾ ਓਦਾਂ ਗਲਤ ਵੱਲ ਮੁੜ ਜੂ ਏਦਾਂ ਸੀ ਰਾਈਟ ਲੈਫਟ ਕਰ ਲਿਆ ਬਾਕੀ ਵੀਰ ਬਾਕੀ ਸਭ ਸੇਮ ਹੀ ਆ ਬਸ ਥੋੜੇ ਸਿਗਨਲ ਵਾ ਜਿਹੜੇ ਇਥੋਂ ਦੇ ਆਹੋ ਹੈ ਕੁਛ ਜਿਦਾਂ ਲਾ ਲੋ ਕਿਤੇ ਕਿਤੇ ਸਿਗਨਲ ਦੀ ਆ ਬਾਕੀ ਨਹੀਂ ਆ ਕੁਛ ਜਿਆਦਾ ਨੀਗਾ ਦੁਬਈ ਵੀ ਬਹੁਤ ਵਧੀਆ ਵਾ ਦੁਬਈ ਵਾਂਗੂ ਸੇਮ ਹੀ ਆ ਸਿਗਨਲ ਆ ਰਾਈਟ ਲੈਫਟ ਜੋ ਵੀ ਆ ਸਾਰਾ ਕੁਛ ਦੁਬਈ ਵਾਲਿਆਂ ਵਾਸਤੇ ਵਧੀਆ ਵਾ ਤਾਂ ਜਿਆਦਾ ਦੁਬਈ ਵਾਲੇ ਇੱਧਰ ਪਹੁੰਚ ਕਰਨ ਉਹਦਾ ਘੱਟ ਵਾ ਦੁਬਈ ਤੋਂ ਡਰਾਈਵਰ ਬਹੁਤ ਆਈ ਜਾਂਦਾ ਇੱਧਰ ਨਹੀਂ ਬਹੁਤ ਬਹੁਤ ਆ ਰਿਹਾ ਹੁੰਦੇ ਪਹਿਲੋਂ ਘੱਟ ਸੀ ਨਾ ਹਾਂ ਕੋ ਬਹੁਤ ਬੰਦਾ ਪਰ ਇਟਲੀ ਸਭ ਤੋਂ ਜਿਆਦਾ ਡਰਦੇ ਕਿ ਇਟਲੀ ਚ ਔਖਾ ਟਰੱਕ ਇਟਲੀ ਚ ਔਖਾ ਮੈਂ ਬੜਿਆਂ ਦੇ ਮੂੰਹ ਸੁਣਿਆ ਕਰ ਲੋ ਉਥੋਂ ਦੇ ਬਾਅਦ ਇਧਰ ਚਲਾਈ ਜਾਓਗੇ ਤੁਹਾਨੂੰ ਪੇ ਵੀ ਚੰਗੀ ਗਾਂ ਵਧੀ ਗਿਆ ਤੇ ਉਨੀ ਪੇ ਵਧੀਆ ਜਾਣੀ ਬਾਕੀ ਤੁਸੀਂ ਮਤਲਬ ਕੋਈ ਵੀ ਜਿਹੜੇ ਵੀਰ ਜਾਣਕਾਰੀ ਲੈਣਾ ਚਾਹੁੰਦੇ ਤੁਸੀਂ ਮੈਸੇਜ ਛੱਡ ਦਿਓ ਵੀਰ ਦਾ ਮੈਂ ਨੰਬਰ ਲੈ ਲਿਆ ਜਿੱਦਾਂ ਜਾਣਗੇ ਠੀਕ ਕਈ ਬੰਦੇ ਹੁੰਦੇ ਦੁਬਈ ਵਾਲਾ ਚਾਹੁੰਦਾ ਹੁੰਦਾ ਹੈਲਪ ਕਈ ਨਹੀਂ ਜਾਣ ਪਛਾਣ ਤੇ ਫਿਰ ਉਹ ਵੀਰ ਨਾਲ ਕਨੈਕਟ ਵੀ ਉਹਦਾ ਕਰਾ ਦਾਂਗੇ ਬਾਕੀ ਕੋਈ ਵੀ ਤੁਹਾਡਾ ਸਵਾਲ ਹੋਵੇ ਮਨ ਚ ਜ਼ਰੂਰ ਪੁੱਛਿਓ ਕਮੈਂਟ ਕਰਕੇ ਆਪਾਂ ਜ਼ਰੂਰ ਜਵਾਬ ਦੇਵਾਂਗੇ ਵੀਰ ਨੂੰ ਵਾਇਸ ਰਿਕਾਰਡਿੰਗ ਪਾਊ ਵੀਰ ਬੈਕ ਏਦਾਂ ਵਟਸਐਪ ਨੰਬਰ ਵੀ ਬਾਅਦ ਚ ਦੇ ਦਾਂਗੇ ਜੇ ਕਿਸੇ ਨੂੰ ਜ਼ਿਆਦਾ ਜ਼ਰੂਰੀ ਹੈ ਕਈ ਵਾਰ ਨੰਬਰ ਦੇ ਦੀ ਉਦਾਂ ਹੀ ਕਰੀ ਜਾ ਤੁਹਾਨੂੰ ਸਵਾਲ ਉਹਨੇ ਲੋੜ ਹੋਊ ਉਹਨੇ ਆਪੇ ਪਹੁੰਚ ਕਰਨੀ ਹੈ ਬਾਕੀ ਸਾਰੇ ਜਣੇ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਵਧੀਆ ਵਾ ਟਰੱਕਾਂ ਵਾਸਤੇ ਜੇ ਕੋਈ ਹੈਗਾ ਆਪਣਾ ਦੁਬਈ ਦੇ ਵਿੱਚ ਵੀਰ ਹੋਰ ਵੀ ਕੰਟਰੀਆਂ ਹੋਣੀਆਂ ਵਿੱਚ ਦੁਬਈ ਜਾਂ ਜਿਹੜੀਆਂ ਜਿੰਨਿਆਂ ਚ ਮਰਜ਼ੀ ਜਿੱਦਾਂ ਸਾਊਦੀਆ ਇੰਟਰਨੈਸ਼ਨਲ ਜਿੰਨਾਂ ਦੇ ਹੁੰਦੇ ਲਾਇਸੈਂਸ ਬਿਲਕੁਲ ਬਿਲਕੁਲ ਇੰਡੀਆ ਦੇ ਵੀ ਲਾਇਸੈਂਸ ਹੋਣ ਜਿੰਨਾਂ ਦੇ ਹੈਵੀ ਹੈਗੇ ਉਹ ਵੀ ਆ ਰਹੇ ਆ ਹੁਣ ਤੇ ਬੰਦੇ ਇੰਡੀਆ ਤੋਂ ਵੀ ਚੱਲਣ ਉਹਦਾ ਵੀ ਚੱਲ ਸਕਦਾ ਉਹਨਾਂ ਦੇ ਵੀ ਚੱਲਣ ਦੇ ਇੰਟਰਨੈਸ਼ਨਲ ਅੱਛਾ ਇੰਟਰਨੈਸ਼ਨਲ ਜਿੰਨਾਂ ਦੇ ਇੰਡੀਆ ਚ ਹੈਗੇ ਤੇ ਉਹ ਚੱਲ ਸਕਦੇ ਇਧਰ ਉਹ ਵੀ ਚੱਲਣ ਦਿਆ ਉਹ ਉੱਥੇ ਲਿਥੁਆਨੀਆ ਪਰਮਿਸ਼ਨ ਬਣਾ ਕੇ ਦਿੰਦੀ ਕਹਿੰਦਾ ਗਵਰਨਮੈਂਟ ਦੀ ਯੂਰਪੀਅਨ ਦੀ ਅੱਛਾ ਅੱਛਾ ਮਤਲਬ ਜੇ ਤੁਸੀਂ ਇੰਡੀਆ ਚ ਵੀ ਹੈਗਾ ਵਾ ਤੇ ਉਹ ਵੀ ਆ ਸਕਦਾ ਹੈਵੀ ਲਾਇਸੈਂਸ ਹਾਂ ਹੈਵੀ ਹੋਣੇ ਇੰਟਰਨੈਸ਼ਨਲ ਹੁੰਦੇ ਜਿਹੜੇ ਹਾਂ ਜਿੰਨਾ ਵੀ ਇੰਟਰਨੈਸ਼ਨਲ ਹੈ ਇੰਡੀਆ ਵਾਲੇ ਵੀ ਆਓ ਜ਼ਰੂਰੀ ਨਹੀਂ ਹੈ ਦੁਬਈ ਹਾਂ ਇੰਟਰਨੈਸ਼ਨਲ ਜਿੰਨਾ ਕੋਈ ਲਾਇਸੈਂਸ ਉਹ ਆ ਸਕਦਾ ਬਾਕੀ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਈ ਜ਼ਰੂਰ ਦੱਸਿਓ ਕਮੈਂਟ ਕਰ ਦਿਓ ਆਪਾਂ ਕਰ ਲਾਂਗੇ ਹੈਨਾ ਵੀਰ ਜੀ ਜ਼ਰੂਰ ਦੱਸਾਂਗੇ ਕਨੈਕਟ ਵੀਰ ਦਾ ਲਊਂਗਾ ਨੰਬਰ ਮੈਂ ਚੰਗਾ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਜ਼ਰੂਰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ।